ਬਾਬਾ ਨੰਦ ਸਿੰਘ ਜੀ ਬਚਨ ਕਰਦੇ ਸੀ ਕਿ ਇੱਕ ਮਜ਼ਦੂਰ ਸਾਰੀ ਦਿਹਾੜੀ ਕਰਕੇ ਮਿਹਨਤ ਕਰਕੇ ਜੋ ਰੁਪਈਆ ਉਸਨੂੰ ਮਿਲਦਾ ਹੈ ਉਹ ਜੇਬ ਵਿੱਚ ਪਾ ਕੇ ਜਦੋਂ ਘਰ ਆਉਂਦਾ ਹੈ ਅਤੇ ਜੇ ਰਸਤੇ ਵਿੱਚ ਕੋਈ ਉਸਦੀ ਜੇਬ ਕੱਟ ਲਵੇ ਤਾਂ ਉਹਦੀ ਸਾਰੇ ਦਿਨ ਦੀ ਕੀਤੀ ਮਿਹਨਤ ਬੇਕਾਰ ਚਲੀ ਜਾਂਦੀ ਹੈ। ਇਸੇ ਤਰ੍ਹਾਂ ਜੇ ਕੋਈ ਗੁਰਸਿੱਖ ਸਾਰਾ ਦਿਨ ਸੇਵਾ ਕਰੇ, ਬਾਣੀ ਪੜ੍ਹੇ, ਨਾਮ ਜਪੇ ਅਤੇ ਸ਼ਾਮ ਹੁੰਦਿਆਂ ਤੀਕ ਉਹ ਕਿਸੇ ਦੀ ਨਿੰਦਿਆ ਕਰ ਦੇ, ਕਿਸੇ ਦੀ ਚੁਗਲੀ ਕਰ ਦੇਵੇ ਤਾਂ ਨਿੰਦਿਆ ਚੁਗਲੀ ਉਹਦੀ ਜੇਬ ਕੱਟ ਲੈਂਦੀ ਹੈ ਅਤੇ ਉਹਦਾ ਸਾਰੇ ਦਿਨ ਦਾ ਕੀਤਾ ਨਾਮ ਸਿਮਰਨ ਸੇਵਾ ਵਿਅਰਥ ਚਲੀ ਜਾਂਦੀ ਹੈ।